ਸਾਰਾ ਬੋਲਿਓ ਜੀ ਸੁਖੇਰਾ ਬੋਦਲਾ ਸੁਖੇਰਾ ਬੋਦਲਾ ਇਹ ਜਲਾਲਾਬਾਦ 'ਚ ਕੰਸਟੀਟੂਐਂਸੀ ਜਲਾਲਾਬਾਦ ਇਹ ਸੁਖਬੀਰ ਸਿੰਘ ਬਾਦਲ ਜਿੱਥੋਂ ਡਿਪਟੀ ਚੀਫ ਮਿਨਿਸਟਰ ਰਹੇ ਨੇ ਉਹਦੇ ਹਲਕੇ ਦਾ ਕੰਮ ਆ ਦੇਖ ਲਓ ਗੈਰ ਕਾਨੂੰਨੀ ਮਾਈਨਿੰਗ ਚੱਲਦੀ ਤੁਸੀਂ ਸਵਾਲ ਕਰੋ ਮੈਂ ਵੀ ਜਵਾਬ ਦੇਊਗਾ ਸਾਢੇ 6 ਕਿੱਲੇ ਲੈ ਲਏ ਤੁਹਾਨੂੰ 100 ਫੁੱਟ ਡੂੰਘਾ ਕਰ ਦਿਓ ਸਰਕਾਰ ਨੂੰ ਕਿੰਨੇ ਪੈਸੇ ਜਮ੍ਹਾਂ ਕਰਾਏ ਤੁਸੀਂ 87 ਲੱਖ ਵਿੱਚ 6.5 ਕਿੱਲੇ ਦੀ ਖੱਡ ਮਿਲ ਗਈ ਹੈ ਪੂਰੇ ਸਾਲ ਵਾਸਤੇ 87 ਲੱਖ ਦੀ ਤਾਂ ਮਿੱਟੀ ਇੱਕ ਦਿਨ 'ਚ ਕੱਢ ਲੈਣੀ ਤੁਸੀਂ ਦੋਸਤੋ ਹਾਲਾਤ ਦੇਖੋ ਤੁਸੀਂ ਇੱਥੇ ਹਾਲਾਤ ਵੇਖੋ ਤੁਸੀਂ ਘਰਾਂ ਦੇ ਆ ਗਏ ਜੀ ਆ ਗਿਆ ਭਾਜੀ ਆ ਗਿਆ ਇਹਨੂੰ ਦੇਖੋ ਤੁਸੀਂ ਮੇਰੇ ਵਾਲੇ ਪੇਜ ਤੋਂ ਹਾਂਜੀ ਹਾਂਜੀ ਉਸੇ ਪੇਜ ਤੋਂ ਦੋਸਤੋ ਐ ਨਹੀਂ ਲੱਗਦਾ ਜਿੱਦਾਂ ਕੋਈ ਆਪਾਂ ਕਿਸੇ ਹੋਰ ਦੇਸ਼ ਦੇ ਕਿਸੇ ਅਮਰੀਕਾ ਵਰਗੇ ਕਿਸੇ ਵਾਈਲਡ ਵੈਸਟ ਕਹਿੰਦੇ ਹੁੰਦੇ ਨੇ ਕਿੱਦਾਂ ਐਰੋਜ਼ੋਨਾ ਜਾਂ ਕੋਈ ਇੱਦਾਂ ਦੇ ਦੇਸ਼ ਪਹੁੰਚ ਕੇ ਸਹੀ ਤਾਂ ਹੋਇਆ ਜਿੱਥੇ ਕਿ ਬਿਲਕੁਲ ਮਤਲਬ ਕੀ ਕਹਿੰਦੇ ਹੁੰਦੇ ਆ ਜੰਗਲ ਦਾ ਕਾਨੂੰਨ ਆ ਇਹ ਸਾਰਾ ਬੋਲਿਓ ਜੀ ਸੁਖੇਰਾ ਬੋਦਲਾ ਇਹ ਜਲਾਲਾਬਾਦ 'ਚ ਕੰਸਟੀਟੂਐਂਸੀ ਜਲਾਲਾਬਾਦ ਇਹ ਸੁਖਬੀਰ ਸਿੰਘ ਬਾਦਲ ਜਿੱਥੋਂ ਡਿਪਟੀ ਚੀਫ ਮਿਨਿਸਟਰ ਰਹੇ ਨੇ ਉਹਦੇ ਹਲਕੇ ਦਾ ਕੰਮ ਆ ਦੇਖ ਲਓ ਗੈਰ ਕਾਨੂੰਨੀ ਮਾਈਨਿੰਗ ਚੱਲਦੀ ਸਾਹਮਣੇ ਦੇਖੋ ਇੱਕ ਰਿਆਕੀ ਦਿਖਾ ਤੁਹਾਡੇ ਤੁਹਾਨੂੰ ਦਿਖਾਇਆ ਸੀ ਨਾ ਜੇ ਨਹਿਰਾਂ ਦਿਖਾਈਆਂ ਤੁਹਾਨੂੰ ਆਹ ਵੀ ਹਾਲਾਤ ਦੇਖੋ ਤੁਸੀਂ ਇਹ ਸਾਰਾ ਇੱਥੇ ਇਸ ਵੇਲੇ ਤੁਸੀਂ ਦੇਖੋ ਹਾਲਤ ਕੀ ਆ ਕਿੰਨੇ ਵੱਡੇ ਪੱਧਰ 'ਤੇ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਆ ਘੱਟੋ ਘੱਟ ਇੱਕ ਮਿੰਟ ਇੱਧਰ ਕਰੀ ਜ਼ਰਾ ਹਾਂਜੀ ਆ ਉਹ ਪੁਆਇੰਟ ਦੇਖ ਲਓ ਖੰਭੇ ਦਾ ਹਾਂਜੀ ਇਹ ਹੋਊਗਾ ਮੇਰਾ ਖਿਆਲ ਆ ਕੋਈ 35-40 ਫੁੱਟ ਉੱਤੇ ਨੂੰ 60 ਫੁੱਟ ਜੀ 40-50 ਫੁੱਟ ਜ਼ਿਆਦਾ 50 ਫੁੱਟ ਉੱਤੇ ਭਾਜੀ ਹੋਊਗਾ ਕਿਤੇ ਮਾਈਨਿੰਗ ਅਲਾਊਡ ਨਹੀਂ ਹੈ ਇਸ ਲੈਵਲ ਦੇ ਉੱਤੇ ਕਿਤੇ ਵੀ ਔਰ ਇਹ ਸਾਰਾ ਇਲਾਕਾ ਜੇ ਤੁਸੀਂ ਦੇਖੋਗੇ ਪਿੱਛੇ ਤੱਕ ਸਾਰਾ ਪੂਰਾ ਪੱਟਿਆ ਹੋਇਆ ਕੀਤਾ ਹੋਇਆ ਔਰ ਇੱਥੇ ਕਈ ਤਰ੍ਹਾਂ ਦੇ ਮਾਈਨਿੰਗ ਉਹ ਦੇਖੋ ਫੋਨ ਜਾ ਰਹੇ ਨੇ ਮਾਈਨਿੰਗ ਮਾਫੀਆ ਨੂੰ ਪਿੱਛੇ ਚਲੇ ਗਿਆ ਉਹ ਪਹਿਲਾਂ ਇਨਫੋਰਮ ਕਰਤਾ ਉਹਨੇ ਅੱਡੇ ਤੋਂ ਕੋਈ ਯੈਲੋ ਸ਼ਰਟ ਵਾਲਾ ਉਹ ਇਨਫੋਰਮ ਕਰ ਰਿਹਾ ਆਪਣੇ ਮਾਈਨਿੰਗ ਬੋਸਿਸ ਨੂੰ ਕਿ ਆ ਗਏ ਨੇ ਬੰਦੇ ਇੱਥੇ ਲਾਈਵ ਕਰਨ ਵਾਸਤੇ ਤੇ ਆਹ ਸਾਰੀਆਂ ਟ੍ਰਿਕਸ ਚੱਲਦੀਆਂ ਕਈ ਰਾਜ ਵੀ ਮਿਲੀਆਂ ਸਾਨੂੰ ਜਾਂਦੀਆਂ ਅਸੀਂ ਔਨ ਨਹੀਂ ਕੀਤਾ ਔਰ ਆਹ ਸਾਰਾ ਮਾਈਨਿੰਗ ਦਾ ਕੰਮ ਚੱਲਦਾ ਹਾਂਜੀ ਕਿਹਦੀ ਖੱਡ ਹੈ ਜੀ ਦੱਸਿਓ ਜ਼ਰਾ ਪੰਕਜ ਸੇਠੀ ਇੱਡੀ ਮਾਈਨਿੰਗ ਦੀ 50-60 ਫੁੱਟ ਮਾਈਨਿੰਗ ਕੱਢ ਸਕਦਾ ਕੋਈ ਇਹ ਜੀ ਅਜੇ ਆ ਵੇਖ ਲਓ ਤੁਸੀਂ ਅਜੇ 3 ਦਿਨ ਕਿ ਖੱਡ ਦਾ ਨਾਮ ਕੀ ਹੈ ਲੀਗਲੀ ਦੱਸੋ ਜਰਾ ਕੀ ਨਾਮ ਹੈ ਖੱਡ ਦਾ ਸੁਖੇਰਾ ਬੋਦਲਾ ਜੀ ਸੁਖੇਰਾ ਬੋਦਲਾ ਕਿੰਨੀ ਰਕਬਾ ਕਿੰਨਾ ਖੱਡ ਦਾ ਤੇ ਨਿਲਾਮੀ ਕਿੰਨੀ ਹੋਈ ਹੈ ਤੇ ਕਿਹਦੇ ਨਾਮ ਤੇ ਨਿਲਾਮੀ ਟੁੱਟੀ ਹੈ 6.5 ਕਿੱਲੇ 6.5 ਕਿੱਲੇ ਆ ਕਿੰਨਾ ਰਕਬਾ ਦੇਖੋ ਦੇਖੋ ਜਰਾ ਸਾਰਾ ਇਹ ਨਹੀਂ ਜੀ ਇਹ ਦੇਖੋ ਤੁਸੀਂ ਇਹਦੇ ਇਹ ਹੁਣ ਮਾਈਨਿੰਗ ਮੇਰੀ 1 ਮਿੰਟ ਗੱਲ ਸੁਣੋ ਜੀ ਤੁਸੀਂ ਸਵਾਲ ਕਰੋਗੇ ਮੈਂ ਵੀ ਜਵਾਬ ਦੇਊਗਾ ਇਹ ਦੱਸ ਦਿਓ ਵੀ ਇਹ ਮਾਈਨਿੰਗ ਹੋਣਾ ਤਾਜ਼ੀ ਹੋਈ ਹੈ ਆ ਸਾਰੀ ਤਾਜ਼ੀ ਹੋ ਰਹੀ ਹੈ ਕਿਹੜੀ ਇਹ ਤਾਜ਼ੀ ਹੋਈ ਹੈ ਇੱਧਰ ਦੱਸੋ ਤੁਸੀਂ ਨਾ ਨਾ ਉਧਰ ਹੱਥ ਨਾ ਕਰੋ ਇੱਧਰ ਮੇਰੀ ਵੀ ਗੱਲ ਸੁਣੋ ਸਾਰੀ ਤਾਜ਼ੀ ਹੋਣੀ ਆ ਵੇਖੋ ਆ ਮਾਈਨਿੰਗ ਤਾਜ਼ੀ ਹੋਈ ਹੈ ਜੀ ਗੱਲ ਉਹ ਕਰੋ ਜੋ ਜਾਇਜ਼ ਸਾਰਾ ਇਲਾਕਾ ਹੀ ਮਾਈਨਿੰਗ ਹੋਈ ਹੋਈ ਆ ਮਾਈਨਿੰਗ ਸਾਰਾ ਟੋਟਲ ਨਹੀਂ ਆ ਕਦੋਂ ਦੀ ਹੋਈ ਹੈ ਮਾਈਨਿੰਗ ਟੋਟਲ ਇਲਾਕਾ ਮਾਈਨਿੰਗ ਹੋਈ ਹੈ 10 ਸਾਲ ਪਹਿਲਾਂ ਦੀ ਹੋਈ ਹੈ ਦੱਸੋ ਆ ਦੇਖ ਲਓ ਇਸ ਗੱਲ ਦੀ ਕੀ ਸਬੂਤ 10 ਸਾਲ ਪਹਿਲਾਂ ਹੋਈ ਹੈ ਇਸ ਗੱਲ ਦੀ ਕੀ ਗਾਰੰਟੀ ਹੈ ਆ ਵੇਖੋ ਤੁਸੀਂ ਇੱਥੇ ਘਾਹ ਵੇਖੋ ਲੁੱਭਿਆ ਕਿ ਨਹੀਂ ਹੋ ਗਿਆ ਉਹ 10 ਸਾਲ ਨਹੀਂ ਆ ਤੁਹਾਡੇ ਪੁੱਛ ਲਈਏ ਹਾਂਜੀ ਭਾਜੀ 1 ਮਿੰਟ ਕਿੰਨੇ ਇੱਕ ਰਕਬੇ ਦੀ ਮਾਈਨਿੰਗ ਦੇ ਅਲਾਊਡ ਆ 50-60 ਫੁੱਟ ਮਿੱਟੀ ਕੱਢ ਸਕਦੇ ਤੁਸੀਂ 6.5 ਕਿੱਲਿਆਂ ਦੀ ਨਹੀਂ ਇਹ ਅਲਾਊਡ ਆ ਡੈਪਥ ਕਿੰਨੀ ਆ ਮਿੱਟੀ ਦਾ ਤੁਹਾਨੂੰ ਪਤਾ ਕਿ ਕਿੰਨਾ ਰਕਬਾ ਹੁੰਦਾ ਕਿੰਨੇ ਕਿਊਬਿਕ ਮੀਟਰ ਦੀ ਖੱਡ ਆ ਕਿੰਨੀ ਤੁਸੀਂ ਮਿੱਟੀ ਕੱਢ ਸਕਦੇ ਕਿੰਨੀ ਟਰਾਲੀਆਂ ਕੱਢ ਸਕਦੇ ਦਿਨ ਦੀਆਂ ਕੋਈ ਰਕਬਾ ਕੋਈ ਇਹ ਥੋੜਾ ਹੈਗਾ ਕਿ ਤੁਸੀਂ 6.5 ਕਿੱਲੇ ਲੈ ਲਏ ਤੁਹਾਨੂੰ 100 ਫੁੱਟ ਡੂੰਘਾ ਕਰ ਦਿਓ ਤੁਸੀਂ 100 ਫੁੱਟ ਕਿਹੜਾ ਜੀ ਚੱਲਦਾ ਆ ਦੇਖ ਹੋਰ ਕਿੰਨੇ 60-70 ਫੁੱਟ ਉਹ ਦੇਖੋ ਉਹ ਕਿੰਨਾ ਕਿਹੜੀ ਉਹ ਕਿੰਨੀ ਚਲੋ ਆਜ ਕਿੰਨੀ ਆ ਤੁਹਾਡਾ ਨਾਮ ਕੀ ਹੈ ਚਲੋ ਨਾਮ ਦੱਸੋ ਕੀ ਤੁਹਾਡਾ ਮੇਰਾ ਨਾਮ ਜਸਵੰਤ ਸਿੰਘ ਜਸਵੰਤ ਤੁਸੀਂ ਕਿਰਿੰਦੇ ਉਹਨਾਂ ਦੇ ਕਿ ਪਾਰਟਨਰ ਹੈ ਕਿ ਭਾਈ ਪਾਰਟਨਰ ਹੈ ਕਿੰਨੇ ਪੈਸੇ ਦਿੱਤੇ ਖੱਡ ਵਾਸਤੇ ਕਿੰਨੂੰ ਜੀ ਨਿਲਾਮੀ ਕਿੰਨੀ ਸਰਕਾਰ ਨੂੰ ਕਿੰਨੇ ਪੈਸੇ ਜਮ੍ਹਾਂ ਕਰਾਏ ਤੁਸੀਂ 87 ਲੱਖ 87 ਲੱਖ ਦੇ ਵਿੱਚ 6.5 ਕਿੱਲੇ ਦੀ ਖੱਡ ਮਿਲ ਗਈ ਹੈ ਹਾਂਜੀ ਪੂਰੇ ਸਾਲ ਵਾਸਤੇ 87 ਲੱਖ ਦੀ ਤਾਂ ਮਿੱਟੀ ਇੱਕ ਦਿਨ 'ਚ ਕੱਢ ਲੈਣੀ ਤੁਸੀਂ ਇੱਥੋਂ ਨਗ ਵੇਖ ਲੈ ਤੁਸੀਂ ਇੱਕ ਦਿਨ 'ਚ 87 ਲੱਖ ਨਹੀਂ 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 ਦੂਜੀ ਗੱਲ ਇਹ ਹੈਗੀ ਆ ਕਿ ਆ ਇੰਨੀ ਡੂੰਘੀ ਖੱਡੇ ਮਾਈਨਿੰਗ ਕਿਹਨੇ ਅਲਾਊ ਕੀਤੀ ਹੈ ਜਿੰਨੀ ਪਹਿਲਾਂ ਹੋਈ ਹੋਈ ਹੈ ਤੇ ਉਨੀ ਨਹੀਂ ਜਿੰਨੀ ਦਾ ਕੋਈ ਮਤਲਬ ਨਹੀਂ ਹੁੰਦਾ ਖੱਡ ਦਾ ਸਪੈਸੀਫਾਈਡ ਹੁੰਦਾ ਉਹਦੇ ਲੈਵਲ ਦੇ ਪਹਿਲਾਂ ਕਿਸੇ ਨੇ 100 ਫੁੱਟ ਕਰ ਲਈ ਤੇ ਤੁਹਾਨੂੰ 100 ਫੁੱਟ ਅਲਾਊਡ ਹੈ ਥੱਲੇ ਜਾ ਰਹੇ ਥੱਲੇ ਪੱਟ ਕੇ ਨਾ ਥੱਲੇ ਭਾਜੀ ਆਹ ਹੋਰ ਨੀਵਾਂ ਬੈਠੇ ਦੇਖ ਤੁਸੀਂ ਆਹ ਜ਼ਮੀਨ ਦੇ ਉੱਤੇ ਹੋਰ ਪੱਟ ਰਹੇ ਜਾ ਕੇ
ਥੱਲੇ ਜ਼ਮੀਨ ਹੋਰ ਪਾਈ ਥੱਲੇ ਜਾ ਰਹੇ ਇੱਥਾ ਆਹ ਦੇਖੋ ਪੱਟ ਕੇ ਥੱਲੇ ਤੁਸੀਂ ਤਲਾ ਕੱਢਦੇ ਪਹਿਲਾਂ ਥੱਲੇ ਜਾਵਾਂ ਆਹ ਦੇਖੋ ਜੀ ਇਹ ਕਹਿੰਦੇ ਜਿੰਨੀ ਸਾਤੋਂ ਪੱਟੀ ਉਨੀ ਪੱਟਣੀ ਕਹਿੰਦੇ ਦੇਖੋ ਤਾਂ ਡੂੰਘਾ ਕਿੰਨਾ ਇਹ ਆਹ ਫੁੱਟ ਆਹ ਆਹ ਲੰਬਾਈ ਸਾਰੀ ਦੋਸਤੋ ਦੱਬ ਕੇ ਸ਼ੇਅਰ ਕਰੋ ਅੱਜ ਪੰਜਾਬ ਦੇ ਮੁੱਖ ਦਿਖਾਈਏ ਕੈਪਟਨ ਸਾਹਿਬ ਨੂੰ ਕੈਪਟਨ ਸਾਹਿਬ ਕਿਹੜੇ ਕਿਹੜੇ ਦਿਖਾਈਏ ਨਹਿਰਾਂ ਖਾਲੇ ਸੂਏ ਆਹ ਖੀਰ ਦੀ ਥੋੜੀ ਖੱਡ ਵੀ ਦਿਖਾ ਦੀ ਤੁਹਾਨੂੰ ਅੱਜ ਤਾਂ ਜਿਹੜਾ ਖੰਭਾ ਵੱਡਾ 11 ਕੇਵੀ ਵਾਲਾ 22 ਫੁੱਟ ਦਾ ਹੁੰਦਾ ਮੈਨੂੰ ਲੱਗਦਾ ਤੇ ਉਦੋਂ ਉਹ ਦਿਖਦੇ ਨੇ ਜਵਾਗਿਆ ਨਾਲ ਪੂਰਾ ਕੁੱਤੇ ਉਹਦੀ ਹਾਈਟ ਵੇਖ ਲਓ ਤੇ ਥੱਲੇ ਜਿਹੜਾ ਨਿਕਲਦਾ ਆਹ ਵੇਖ ਲਾ ਤੂੰ ਲੈ ਆਹ ਥੱਲੇ ਹਾਂ ਉੱਥੇ ਪਈ ਆ ਇੱਕ ਟੋਕਰੀ ਕਿੱਥੇ ਪਈ ਦੇਖ ਲਾ ਤੂੰ ਆਪ ਹੀ ਦਸ ਫੁੱਟ ਹੁੰਦੀ ਹੈ ਮੈਨੂੰ ਲੱਗਦਾ ਮਾਈਨਿੰਗ ਦੇ ਭਾਅ ਜੀ ਨੂੰ ਪਤਾ ਸਾਰਾ ਬਿਲਕੁਲ ਆਹ ਤਾਂ ਸਾਰਾ ਇਲਾਕਾ ਇਦਾਂ ਪੁੱਟਿਆ ਹੋਇਆ ਸਾਰਾ ਦਿਖਾ ਦੂਰ ਤੱਕ ਕੱਟੋ ਕਰਕੇ 400 ਕਿੰਨਾ ਹੈ ਹਾਂਜੀ ਭਾਅ ਜੀ ਹਾਂਜੀ ਦਿਖਾਉਣਾ ਭਾਅ ਜੀ ਸਾਰਾ ਇਹ 3-4 ਤਾਂ ਇਸ ਟਾਈਮ ਚੱਲ ਰਹੀਆਂ ਇਸ ਟਾਈਮ ਮੌਕੇ ਦੇ ਉੱਤੇ ਆਹ ਦੇਖੋ ਆਹ ਲੱਗੇ ਨੇ ਤੇ ਬੰਨਿਓ ਹਾਂ ਜੇ ਕਹਿੰਦੇ ਹਜੇ ਨਵਾਂ ਆਹ ਨਾਲ ਟੈਂਕੀ ਚੱਲ ਰਹੀ ਹੈ ਉਹ ਟਰੈਕਟਰ ਪਿੱਛੇ ਲੁਕੋ ਕੇ ਰੱਖਤਾ ਉਧਰਲੇ ਪੰਨੇ ਹੁਣ ਉਹ ਟਰੈਕਟਰ ਲੁਕੋ ਕੇ ਰੱਖਤਾ ਪਿੱਛੋਂ ਢਾਲ ਰਹੇ ਆਹ ਹਜੇ ਕਿੰਨੀ ਫੁੱਟ ਦੀ ਉਚਾਈ ਆ ਯਾਰ ਇਹਨਾਂ ਦੀ ਕੋਈ ਪੁੱਛਣ ਵਾਲਾ ਹੈ ਨਹੀਂ ਇੱਥੇ ਯਾਰ ਆਹ ਪੱਟ ਪੱਟ ਕੇ ਸੈਟਰੇ ਕਰਕੇ ਸ਼ੇਅਰ ਦੇ ਉੱਤੋਂ ਦੀ ਦੋਸਤੋ ਦੱਬ ਕੇ ਸ਼ੇਅਰ ਕਰੋ ਵੀਡੀਓ ਗੱਲ ਨਹੀਂ ਬਣੀ ਹਜੇ ਪੂਰੀ ਦੱਬ ਕੇ ਦਿਖਾਓ ਪੰਜਾਬ ਦੇ ਮੁੱਖ ਮੰਤਰੀ ਨੂੰ ਆਹ ਹਾਲਾਤ ਆ ਸੀਨ ਤਾਜ਼ੇ ਆ ਦੇਖੋ ਮਿੱਟੀ ਪਾ ਪਾ ਕੇ ਪਾਣੀ ਪਾ ਪਾ ਕੇ ਮਿੱਟੀ ਪਾ ਪਾ ਕੇ ਕਿੰਨਾ ਖੱਡਾ ਪੱਟਿਆ ਵੜੂੰਗਾ ਤੂੰ ਤੂੰ ਦੇਖੋ ਦੂਰ ਤੱਕ ਤੁਸੀਂ ਆਪ ਹੀ ਇੱਦਾਂ ਲੱਗਦਾ ਜੋ ਨਿਆਣਾ ਦੇ ਵਧੀਆ ਪਹਾੜੀਆਂ 'ਤੇ ਆ ਗਏ ਹੁੰਦੇ ਇੱਦਾਂ ਆਪਾਂ ਲੱਗਦਾ 15-20 ਕਿੱਲੇ ਪੱਟੇ ਆ ਇਸ ਟਾਈਮ ਸਾਹਮਣੇ ਡੂੰਘੇ ਡੂੰਘੇ ਕਹਿੰਦੇ ਉੱਤੇ ਪਤਾ ਨਹੀਂ ਕਿੰਨੇ ਕੁ ਪੱਟੀ ਹੋਣੀਆਂ 15-20 ਕਿੱਲੇ ਉਹ ਦਿਖਾ ਦੋਸਤੋ ਸ਼ੇਅਰ ਕਰੋ ਗੱਲ ਨਹੀਂ ਬਣੀ ਹਜੇ ਭਾਅ ਜੀ ਕਰ ਰਹੇ ਆ ਜੀ ਐਸ ਐਸ ਪੀ ਨਾਲ ਗੱਲ ਕਰ ਰਹੇ ਭਾਈ ਡੀ ਸੀ ਨਾਲ ਗੱਲ ਕਰ ਰਹੇ ਆ ਬਹੁਤ ਦੂਰ ਤੱਕ ਦੇਖਦਾ ਪੱਟਿਆ ਪਿਆ ਥਾਂ ਥਾਂ 'ਤੇ ਇੱਕ ਲੈਣ ਉੱਧਰ ਵੀ ਜਾਂਦੀ ਮੇਰੇ ਹਿਸਾਬ ਨਾਲ ਭਾਅ ਜੀ ਉੱਧਰ ਵੀ ਚੱਲਦਾ ਇੱਕ ਲੈਣ ਉਹ ਪਹਿਲੇ ਪਾਸੇ ਵੀ ਉੱਧਰ ਵੀ ਲੈਨ ਚੱਲਦੀ ਉਹ ਪਹਿਲੇ ਬੰਨੇ ਵੀ ਖੱਡਾ ਉਹਦੇ ਚੱਲਦਾ ਮੇਰੇ ਹਿਸਾਬ ਨਾਲ ਤਾਂ ਉਹ ਉੱਧਰਲੇ ਪਾਸੇ ਵੀ ਨਾ ਉਹ ਪਰੇ ਸਾਹਮਣੇ ਵੀ ਚੱਲਦੀ ਭਾਅ ਜੀ ਇੱਕ ਲੈਣ ਉਹ ਪਹਿਲੇ ਬੰਨੇ ਉੱਧਰਲੇ ਬੰਨੇ ਵੀ ਦੇਖਦਾ ਨਾ ਦੋਸਤੋ ਕਿੰਨਾ ਥਾਂ ਪੱਟਿਆ ਵਾ ਇਹ 6.5 ਕਿੱਲੇ ਤੁਹਾਨੂੰ ਲੱਗਦਾ 6.5 ਕਿੱਲੇ ਜਗ੍ਹਾ 'ਤੇ ਇਹ ਸੋਹਣੇ ਵੀਰ ਸਾਡਾ ਕੋਈ ਤਾਂ ਸਾਡਾ ਤੇਰੇ ਨਾਲ ਕੋਈ ਵੈਰ ਨਹੀਂ ਗਾ ਸਾਡਾ ਤੇਰੇ ਨਾਲ ਕੋਈ ਵੈਰ ਨਹੀਂ ਗਾ ਸਾਰਾ ਕੁਝ ਦਿਖਾਇਆ ਆਹ ਸਾਰਾ ਕੁਝ ਦਿਖਾ ਰਹੇ ਨਾ ਇੱਧਰ ਇਹ ਤਾਂ ਤੁਸੀਂ ਹੁਣ ਖੇਤੀ ਬੀਜੀ ਵੀ ਅਸੀਂ ਕਹਿ ਰਹੇ ਪੱਟ ਆਹ ਦਿਖਾ ਰਹੇ ਤੁਹਾਨੂੰ ਆਹ 6.5 ਕਿੱਲੇ ਆ ਮੈਂ ਤੁਹਾਨੂੰ ਆਹ ਦਿਖਾ ਰਿਹਾ ਸਾਡਾ ਜੇ ਪਿਆ ਹੈ ਰਕਬਾ ਬਾਕੀ ਬਚਦਾ ਕਹਿੰਦੇ ਦੋਸਤੋ ਹੋਏ ਤਾਂ ਸੁਖੀਰਾ ਬੋਦਲਾ ਪਿੰਡ ਹੈ ਡੀ ਸੀ ਸਾਹਿਬ ਇੱਥੇ ਨਾ ਇਫਯੂ ਕਮੈਂਟ ਸੀ ਇੱਥੇ ਕੋਈ 60-70 ਫੁੱਟ ਡੂੰਘੀਆਂ ਮਤਲਬ ਮਾਈਨਿੰਗ ਚੱਲ ਰਹੀ ਹੈ ਸਰੇਆਮ ਇਹ ਬੰਦੇ ਕਹਿੰਦੇ ਨੇ ਕੋਈ ਸੇਤੀਆ ਸੂਤੀਆ ਕੋਈ ਅਸੀਂ ਜੀ 6.5 ਕਿੱਲੇ ਦੀ ਮਾਈਨਿੰਗ ਸਾਈਟ ਲਈ ਬਟ ਡਜ਼ ਇਟ ਅਲਾਓ ਦਿਸ ਮੱਚ ਡੀ ਸੀ ਸਾਹਿਬ 60-70 ਫੁੱਟ ਮਾਈਨਿੰਗ ਅਲਾਊਡ ਹੈ ਸਰੇਆਮ
ਨਾ ਇਹ ਤਾਂ ਫਿਰ ਸ਼ਰੇਆਮ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਜੀ। ਅਤੇ ਤੁਸੀਂ ਜਦੋਂ ਅਸੀਂ ਮਾਲਕਾਂ ਨੂੰ ਪੁੱਛਦੇ ਹੋ ਕਹਿੰਦੇ ਜੀ ਅਸੀਂ ਤਾਂ ਸਾਡੇ ਕੋਲ ਤਾਂ ਪਟਾਵਾ ਜੀ ਅਸੀਂ ਤਾਂ ਮਾਈਨਿੰਗ ਸਾਈਟ ਲਈ ਹੋਈ ਜੀ ਕਿੱਥੇ ਨੇ ਕੋਈ ਥੋੜ੍ਹਾ ਜਿਹਾ ਪਲੀਜ਼ ਭੇਜੋ। ਮੈਂ ਤਾਂ ਮੇਰਾ ਤਾਂ ਲਾਈਵ ਹੈਗਾ ਨਾ ਜੀ ਔਨ ਦਿਸ ਸ਼ੋ ਔਨ ਦਿਸ ਸਾਈਟ ਸੁਖੀਰਾ ਬੋਦਲਾ। ਇੱਕ ਮਿੰਟ ਮੈਂ ਇਹਨਾਂ ਨੂੰ ਪੁੱਛਦਾ ਕਿੱਧਰ ਗਿਆ ਯਾਰ ਆਇਓ ਦੱਸਿਓ ਹੁਣ ਤੁਸੀਂ ਕਿਹੜੇ ਸੀ ਮਾਈਨਿੰਗ ਵਾਲੇ ਕਹਿੰਦੇ ਉਹ ਖੜੇ ਸਨ। ਛੋਟੇ ਵੀਰ ਇੱਧਰ ਆਏ ਜਰਾ ਇੱਕ ਮਿੰਟ ਕੀ ਮਾਈਨਿੰਗ ਤੁਹਾਡਾ ਖੱਡ ਦਾ ਨਾਮ ਕੀ ਹੈ ਜੇ ਤੁਹਾਡੀ ਗੈਰ ਜੇ ਤੁਹਾਡੀ ਕਾਨੂੰਨੀ ਹੈ ਤਾਂ ਕੁਛ ਨਹੀਂ ਹੈਗਾ। ਲਮੋਚੜ ਕਲਾਂ ਹਿਠਾੜ ਲਮੋਚੜ ਕਲਾਂ ਇੱਕ ਮਿੰਟ ਲਿਖ ਲਓ ਜੀ ਜਾਂ ਤਾਂ ਪਲੀਜ਼ ਜੀ ਲਮੋਚੜ ਕਲਾਂ ਜੀ ਲੱਲਾ ਮੇਰੇ ਕੋਲ ਨਕਸ਼ਾ ਹੈਗਾ ਲੱਲੇ ਨਾਲ ਜੀ ਲਮੋਚੜ ਪਿੰਡ ਦਾ ਹੋਰ ਨਹੀਂ ਲਮੋਚੜ ਹਿਠਾੜ ਲਮੋਚੜ ਕਲਾਂ ਹਿਠਾੜ ਪਰ ਇਹਨੂੰ ਸੁਖੀਰਾ ਬੋਦਲਾ ਤਾਂ ਕਹਿੰਦੇ ਨਹੀਂ ਜੀ ਉਹ ਹੱਦਬੰਦੀ ਹੋ ਗਈ ਜੀ ਇਸ ਤੋਂ ਬਾਅਦ ਇਹ ਕਹਿੰਦੇ ਆ ਕਿ ਅਸੀਂ ਹੁਣ ਲਈ ਆ ਸਾਈਟ ਕਿੰਨੇ ਦਿਨ ਹੋ ਗਏ ਤੁਹਾਨੂੰ ਸਾਡਾ 6 ਦਿਨ ਹੋ ਗਏ ਕੰਮ 6 ਦਿਨ ਹੋਏ ਨੇ ਪਰ ਜਿਹਨੂੰ ਕੁਐਸਚਨ ਇਜ਼ ਦਾ ਡੈਪਥ ਦ ਡੈਪਥ ਇਜ਼ ਲਾਈਕ ਸਮਥਿੰਗ ਅਰਾਊਂਡ ਐਟਲੀਸਟ 50-60 ਫੀਟ ਜੀ। ਪੁਰਾਣੀ ਸਾਈਟ ਰਿਵਾਈਵ ਕੀਤੀ ਅੱਜ ਕੱਲ੍ਹ ਤਾਂ ਨਾਲੇ ਬਰਸਾਤ ਵਿੱਚ ਬੰਦ ਨਹੀਂ ਹੁੰਦੀ ਹੁੰਦੀ ਮਾਈਨਿੰਗ ਨਹੀਂ ਉਹ ਦੂਸਰੇ ਦਰਿਆ ਦੀ ਹੁੰਦੀ ਹੈ ਸਾਡੀ ਨਹੀਂ ਤੁਹਾਡੀ ਤੁਹਾਡੀ ਕਿਦੋਂ ਪੁਰਾਣੀ ਸਾਈਟ ਹੈ ਕਿ ਹੁਣ ਨਵੀਂ ਸਾਈਟ ਹੈ ਇਹ ਸਾਡੀ ਹੁਣ ਪਹਿਲਾਂ ਬੰਦ ਸੀ ਜੀ ਹੁਣ ਸਾਈਟ ਚੱਲੀ ਨੂੰ 6 ਦਿਨ ਇਹ ਸਾਲ ਹੋ ਗਿਆ ਜੀ ਕਿਉਂ ਬੰਦ ਸੀਗੀ ਹਾਂਜੀ ਕਿਉਂ ਬੰਦ ਸੀ ਪਹਿਲਾਂ ਉਦੋਂ ਵੀ ਸ਼ਿਕਾਇਤ ਹੋਈ ਹੋਣੀ ਤੁਹਾਡੀ ਨਹੀਂ ਸ਼ਿਕਾਇਤ ਨਹੀਂ ਸਰ ਉਹ ਪਹਿਲਾਂ ਸਾਰੀਆਂ ਫਾਈਲ ਦਾ ਡਿਸਟ੍ਰਿਕਟ ਕੈਂਸਲ ਸਾਰਾ ਦੇਖਿਆ ਉਧਰ ਪਿੱਛੇ ਨੂੰ ਦੇਖੋ ਇਹ ਮੈਂ ਡੀ ਸਾਹਿਬ ਦੇਖਣ ਵਾਲਾ ਵਾ ਸਾਰਾ ਜਿੱਦਾਂ ਵਾਈਲਡ ਵੈਸਟ ਵਿੱਚ ਨਹੀਂ ਹੁੰਦਾ ਜਿੱਦਾਂ ਕੋਈ ਆਪਾਂ ਅਮਰੀਕਾ ਦੇ ਕਿਸੇ ਡੈਜ਼ਰਟ 'ਚ ਆਏ ਹੋਏ ਆ ਇੰਨਾ ਰਾਕਾ ਸਾਰਾ ਡੂੰਘਾ ਪੁੱਟਿਆ ਹੋਇਆ ਅਸੀਂ ਫੇਸਬੁੱਕ 'ਤੇ ਲਾਈਵ ਹੈ ਦੇਖ ਸਕਦੇ ਹਾਂ ਇਹ ਜਿਹੜਾ ਇਹਨਾਂ ਨੇ ਕਹੀ ਚਲੋ ਸਾਈਟ ਤੁਸੀਂ ਕਹਿ ਰਹੇ ਕਹਿੰਦੇ ਸਾਡਾ 6.5 ਏਕੜ ਦਾ ਹੈ ਇੱਕ ਤਾਂ ਰਕਬਾ ਬਹੁਤ ਜ਼ਿਆਦਾ ਵਾ ਇੱਕ ਤਾਂ ਬਹੁਤ ਡੂੰਘਾ ਖੁਦਾਈ ਕਰ ਰਹੇ ਨੇ ਪੂਰੇ ਟਰੈਕਟਰ ਟਰਾਲੀਆਂ ਲਾ ਕੇ ਬੰਦੇ ਲੱਗੇ ਹੋਏ ਨੇ ਵੱਡੇ ਪੱਧਰ ਦੇ ਉੱਤੇ ਜੀ ਤੋ ਜਸਟ ਪਲੀਜ਼ ਹੈ ਹਾਂ ਉਹਨਾਂ ਨੂੰ ਕਹੋ ਆਣ ਕੇ ਵਿਜ਼ਿਟ ਕਰਨ ਔਰ ਅਗਰ ਉਹ ਅਗਰ ਡੈਪਥ ਵਾਇਲੇਟ ਕਰ ਰਹੇ ਨੇ ਗਲਤ ਕੰਮ ਕਰ ਰਹੇ ਨੇ ਜਿਹੜਾ ਕਿ ਸਾਫ਼ ਨਜ਼ਰ ਆ ਰਿਹਾ ਜੀ ਬਹੁਤ ਸ਼ੁਕਰੀਆ ਡੀ ਸਾਹਿਬ ਥੈਂਕ ਯੂ ਅਸੀਂ ਸਾਰਾ ਜੋ ਸਾਡਾ ਫਰਜ਼ ਬਣਦਾ ਸੀ ਦਿਖਾਤਾ ਵਾ ਪਹਾੜ ਜਿੰਨੀ ਮਾਈਨਿੰਗ ਹੋ ਰਹੀ ਆ ਅਤੇ ਬਾਕੀ ਉਹ ਕਹਿੰਦੇ ਅਸੀਂ ਕਾਨੂੰਨੀ ਕਰ ਰਹੇ ਨੇ ਅਗਰ ਕਾਨੂੰਨੀ ਨੇ ਅਗਰ 60-70 ਫੁੱਟ ਕਾਨੂੰਨੀ ਅਲਾਊਡ ਆ ਤਾਂ ਫਿਰ ਉਹ ਰਾਈਟ ਆ ਪਰ ਜੋ ਪੰਜਾਬ ਦੇ ਇਸ ਵਕਤ ਹਾਲਾਤ ਆ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਦੇ ਹਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਲਾਈਵ ਆਨ ਰਹਿਣ ਦੇ ਲਿਟਸ ਕੋਲ ਠੀਕ ਹੈ ਜੀ ਆਓ ਜੀ ਆਓ ਜੀ ਚਲੋ ਬਈ ਤੁਹਾਨੂੰ ਨੈਕਸਟ ਸਟੇਸ਼ਨ ਦਿਖਾਉਣੇ ਆ ਇੱਕ ਹੋਰ ਆ ਠੀਕ ਆ ਲਾਈਵ ਚੱਲਦੇ ਰਹੋ ਦੋਸਤੋ ਸ਼ੇਅਰ ਕਰਿਓ ਤਦ ਤੱਕ ਤੁਸੀਂ ਇੱਕ ਹੋਰ ਸਟੇਸ਼ਨ ਦਿਖਾਉਣੇ ਲਾਈਵ ਚੱਲਦਾ ਹੀ ਰੱਖਣਾ ਪੈਂਦਾ ਜੀ ਠੀਕ ਹੈ ਨਾ ਤੁਹਾਨੂੰ ਇੱਕ ਬੇਨਤੀ ਆ ਕਿ ਨਾਲ ਜੁੜੇ ਰਹੋ ਜੇ ਤੋਂ ਅਸੀਂ ਠੀਕ ਹੈ ਨਾ ਚਲੋ ਜੀ ਉਹ ਭੱਜ ਕੇ ਚਾਲੂ ਰੱਖਣਾ ਕਹਿੰਦੇ ਇੱਕ ਹੋਰ ਦੇਖਣੀ ਆਪਾਂ ਕਹਿੰਦੇ ਫਿਰ ਬਾਅਦ ਜੋੜ ਲਾਂਗੇ ਜਦੋਂ ਕੱਢ ਦੇ ਕਿੱਦਾਂ ਕਰਨੀ ਆ ਬਾਅਦ 'ਚੋਂ ਫਿਰ ਤੁਹਾਨੂੰ ਨਾਲ ਜੋੜਦੇ ਤੁਹਾਡੇ ਜੀ ਜਿਉਂਦੇ ਰਹੋ